ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਗੁਰਲਾਲ ਹੱਤਿਆकांड ਜਿਸ ਨੂੰ ਕਿ ਕਾਫੀ ਸਿਆਸੀ ਤੌਰ ਤੇ ਵੀ ਜੁੜ ਕੇ ਵੇਖਿਆ ਜਾ ਰਿਹਾ ਜੀ ਪਰ ਇੱਕ ਪੋਸਟ ਜੋ ਲੋਰੈਂਸ ਬਿਸਨੋਈ ਵੱਲੋਂ ਪਾਈ ਗਈ ਸੀ ਉਸ ਵਿੱਚ ਜਿਹਨੇ ਜ਼ਿੰਮੇਦਾਰੀ ਲਈ ਸੀ ਕਿ ਇਸ ਹੱਤਿਆकांड ਦੇ ਜ਼ਿੰਮੇਦਾਰੀ ਉਹ ਲੋਕ ਲੈਂਦੇ ਨੇ ਉਸ ਤੋਂ ਬਾਅਦ ਗੱਲ ਕਰੀਏ ਪੁਲਿਸ ਇਸ ਗੁੱਥੀਨ ਸੁਲਜਾਨ ਵਿੱਚ ਲੱਗੀ ਹੋਈ ਹੈ ਤੇ ਪਰਤ ਦਰ ਪਰਤ ਖੁਲਾਸੇ ਕਰਦੀ ਜਾ ਰਹੀ ਹੈ ਸਾਡੇ ਨਾਲ ਡੀਐਸਪੀ ਸਾਹਿਬ ਮੌਜੂਦ ਨੇ ਕੁਝ ਹੋਰ ਪ੍ਰਾਪਤੀਆਂ ਇਹਨਾਂ ਨੂੰ ਹੋਈਆਂ ਨੇ ਬਰੀਫ ਵੀ ਜਾਣ ਲੈਣੇ ਆ ਹੁਣ ਤੱਕ ਪੁਲਿਸ ਨੇ ਇਸ ਕੇਸ ਵਿੱਚ ਕੀ ਕੁਝ ਪਾਇਆ ਹੈ ਡੀਐਸਪੀ ਸਾਹਿਬ ਅਸੀਂ ਥੋੜੇ ਸਮੇਂ ਦਾ ਵਿੱਚ ਜਾਨਣਾ ਚਾਹਾਂਗੇ ਕੁਝ ਹੋਰ ਵੀ ਪ੍ਰਾਪਤੀਆਂ ਹੋਈਆਂ ਨੇ ਜਾਨਣਾ ਚਾਹਾਂਗੇ ਪੁਲਿਸ ਨੇ ਹੁਣ ਤੱਕ ਇਸ ਕੇਜੂ ਵਿੱਚ ਕੀ ਕੁਝ ਹਾਸਲ ਕੀਤਾ ਅ ਬ੍ਰਦਰ ਜੀ ਇਸ ਤਰ੍ਹਾਂ ਆ ਕੱਲ 4 ਜਣਿਆਂ ਦੀ ਗ੍ਰਿਫਤਾਰੀ ਹੋਰ ਹੋਈ ਆ ਜਿਦੇ ਚ ਰਜਿੰਦਰ ਸਿੰਘ ਭੀਮਸੈਨ ਆਕਾਸ਼ਦੀਪ ਤੇ ਪ੍ਰਦੀਪ ਸਿੰਘ 4 ਜਣੇ ਇਹ ਗ੍ਰਿਫਤਾਰ ਕੀਤੇ ਗਏ ਆ ਇਨਸਪੈਕਟਰ ਗੁਰਵਿੰਦਰ ਸਿੰਘ ਪੁਲਰ ਵੱਲੋਂ ਯੂਐਸਐਚ ਸਿਟੀ ਨੇ ਇਸ ਤੋਂ ਇਲਾਵਾ ਇਹ ਰਜਿੰਦਰ ਸਿੰਘ ਜੌਨੀ ਤੇ ਭੀਮਸੈਨ ਆ ਇਹਦੇ ਕੋਲੋਂ ਕੱਲ ਸ਼ਾਮੀ ਕਰੀਬ 4:00 ਵਜੇ ਇੱਥੇ ਯੂਨੀਵਰਸਿਟੀ ਟੀ ਪੁਆਇੰਟ ਸਾਧਕ ਤੋਂ ਇਨਸਪੈਕਟਰ ਦਲਬੀਰ ਸਿੰਘ ਨੇ ਇੰਚਾਰਜ ਕੀਤੀ ਇਹ ਇਹਨਾਂ ਨੇ ਇਹਨਾਂ ਦੋਨਾਂ ਜਣੇ ਤੋਂ 315 ਬੂਰ ਦਾ ਦੇਸੀ ਕਟਾ ਤੇ ਚਾਰ ਜਿੰਦਾ ਰੌਂਦ ਨੇ 315 ਬੂਰ ਦੇ ਉਹ ਤੇ 60 ਰੌਂਦ 9mm ਦੇ 20 ਬਰਾਮਦ ਕੀਤੇ ਨੇ ਉਹਦਾ ਅਸਲ ਐਕਟ ਤਹਿਤ ਮੁਕਦਮਾ ਦਰਜ ਵਖਰਾ ਕੀਤਾ ਗਿਆ ਆ ਤੇ ਉਸ ਤੋਂ ਬਾਅਦ ਦੋ ਜਣੇ ਸਾਈਡ ਤੇ ਇਹਨਾਂ ਨੇ પ્રકાશਦੀਪ ਤੇ ਪ੍ਰਦੀਪ ਕਾਬੂ ਕਰ ਲਈ ਸੀਗੇ ਤੇ ਇਹਨਾਂ ਚਾਰ ਜਣਾਂ ਦੀ ਆਪਾਂ ਲੈ ਲਈ ਕੱਲ ਗ੍ਰਿਫਤਾਰੀ ਨਵੇਂ ਜ਼ਿਲ੍ਹੇ ਤੋਂ ਹੋ ਗਈ ਆ ਉਸ ਕਿਸ ਜਾਰੀ ਹੈ ਜੀ ਅੱਜ ਇਹਨਾਂ ਦਾ ਕੋਰਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਹੋਰ ਜਿਹੜੇ ਕੋਈ ਨਵੀਆਂ ਖਲਾਸੀਆਂ ਇਹਨਾਂ ਨੇ ਹੋਰ ਕੋਈ ਵਾਰਦਾਤ ਜਿਹੜੀਆਂ ਵੀ ਕਿਤੇ ਸਮੂਲੀਤ ਹੋਵੇ ਕੋਸ਼ਿਸ਼ ਕਰਾਂਗੇ ਸਕੇ ਇਹਨਾਂ ਦੇ ਇਹਨਾਂ ਦਾ ਕੀ ਰੋਲ ਸੀਗਾ ਇਸ ਦੇ ਵਿੱਚ ਇਹਨਾਂ ਨੇ ਰੈਕੀ ਕੀਤੀ ਸੀ ਇਹਨਾਂ ਨੇ ਹਾਂ ਹਾਂ ਇਹਨਾਂ ਨੇ ਉਸ ਦਿਨ ਜਿੱਦਨ ਗਲਾਲ ਪਲਵਾਨ ਦਾ ਮਰਡਰ ਹੋਇਆ ਇਹਨਾਂ ਨੇ ਸਵੀਰਤ ਸਵੀਰਤ ਲੈ ਕੇ ਜਿੰਨਾ ਵੀ ਗਲਾਲ ਪਲਵਾਨ ਸ਼ਹਿਰ ਚ ਜਿੱਥੇ-ਥੇ ਵੀ ਤੁਰਿਆ ਫਿਰਦਾ ਰਿਹਾ ਇਹਨਾਂ ਨੇ ਗੁਪਤ ਤਰੀਕੇ ਨਾਲ ਉਹਦੀ ਰੈਕੀ ਕਰਕੇ ਗਾਂ ਗੁਰਵਿੰਦਰਪਾਲ ਗੋਰਾ ਜਿਹੜਾ ਉੱਥੇ ਦਿੱਲੀ ਫੜਿਆ ਗਿਆ ਉਹਨੂੰ ਦੱਸਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਸਹੀ ਜਗ੍ਹਾ ਤੇ ਜਾ ਕੇ ਨਹੀਂ ਉਹਦਾ ਮਰਡਰ ਮਰਡਰ ਕਰ ਦਿੱਤਾ ਇਹਨਾਂ ਨੇ ਫੇਰ ਕਰਕੇ ਉੱਤੇ ਤੇ ਹੁਣ ਇਹ ਫੜੀ ਜਾ ਚੁੱਕੀ ਆ ਇਸ ਗੱਲ ਦਾ ਇਹਨਾਂ ਨੇ ਖਲਾਸਾ ਵੀ ਕਰ ਦਿੱਤਾ ਕਿ ਹਾਂ ਅਸੀਂ ਰੈਕੀ ਕੀਤੀ ਉਸ ਕੇਸ ਦੇ ਵਿੱਚ ਜਿਹੜੇ ਲੋਕ ਸਰ ਦਿੱਲੀ ਫੜੇ ਗਏ ਨੇ ਕਿ ਉਹਨਾਂ ਨੂੰ ਲੈਣ ਵਾਸਤੇ ਪੁਲਿਸ ਤਿਆਰੀ ਕਰ ਰਹੀ ਹੈ ਹਾਂਜੀ ਹਾਂਜੀ ਲੈ ਕੇ ਆ ਰਹੇ ਆ ਬਿਲਕੁਲ ਉਹਨਾਂ ਦੀ ਵੀ ਉਹ ਇਸ ਕੇਸ 'ਚ ਵੀ ਰੋਢਿੰਦੇ ਨੇ ਉਹਨਾਂ ਦੀ ਗਸ਼ਤਾਰੀ ਲੈ ਆ ਕੇ ਅਸੀਂ ਪਾਵਾਂਗੇ ਉਹ ਪ੍ਰੋਡਕਸ਼ਨ ਮੰਡ ਤੋਂ ਲਿਆਉਣੇ ਹੁੰਦੀ ਹੈ ਜੀ ਇੱਕ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਸੀ ਫੋਲੋ ਕਰ ਰਹੇ ਆ ਲਿਆ ਰਹੇ ਆ ਜਲਦੀ ਉਹ ਵੀ ਸਟੈਪ ਬਾਈ ਸਟੈਪ ਹੀ ਕੇਸ ਨੂੰ ਜਾਂ ਤੋੜਿਆ ਜਾ ਸਕਦਾ ਜੀ ਤੇ ਉਹ ਚੱਲ ਰਿਹਾ ਪ੍ਰਕਿਰਿਆ ਅੱਗੇ ਬੜਾ ਵੱਡਾ ਮਾਮਲਾ ਸਿਗਾ ਤੇ ਬੜੇ ਸਹਿਜ ਹੀ ਬੜੀ ਮਿਹਨਤ ਨਾਲ ਤੁਸੀਂ ਲੋਕ ਸੁਲਝਾ ਰਹੇ ਹੋ ਬਹੁਤ ਵੱਡੀ ਗਲੇ ਦੀ ਹੱਡੀ ਬਣ ਸਕਦਾ ਸਿਗਾ ਉਮੀਦ ਜਤਾਈ ਜਾ ਸਕਦੀ ਹੈ ਕਿ ਬਹੁਤ ਜਲਦੀ ਸਾਰੇ ਖੁਲਾਸੇ ਹੋ ਸਕਣਗੇ ਇਸ ਮਾਮਲੇ ਵਿੱਚ ਬਿਲਕੁਲ ਹੋਣਗੇ ਜੀ ਬਿਲਕੁਕੁਲ ਹੋਣਗੇ ਕਿਉਂ ਨਹੀਂ ਸਾਡੇ ਲਈ ਇੱਕ ਚੈਲੰਜ ਸਿਗਾ ਸਾਡੀ ਟੀਮ ਨੇ ਸੀਆਈਆਈ ਟੀਮ ਤੇ ਸਿਟੀ ਥਾਣੇ ਦੀ ਟੀਮ ਟੀਮ ਬੜੀ ਮਿਹਨਤ ਨਾਲ ਇਸ ਨੂੰ ਆਪਣੇ ਕੰਮ ਕਾਮਯਾਬੀ ਕੀਤੀ ਆ ਤੇ ਅਸੀਂ ਸਦਾ ਲਈ ਇਸ ਗਰ ਬਚਨਮਦ ਰਹਨੇ ਆ ਕੋਈ ਵੀ ਚੈਲੰਜ ਹੋਵੇ ਅਸੀਂ ਉਹਨੂੰ ਪੂਰਾ ਕਰਦੇ ਆ ਇਸ ਨੂੰ ਵੀ ਪੂਰਾ ਕਰਾਂਗੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਿਤੇ ਜਾਵੇਗੀ ਉਮੀਦ ਕੀਤੀ ਜਾ ਸਕਦੀ ਹੈ ਹੋਰ ਹੋਰ ਜ਼ਿਆਦਾ ਖੁਲਾਸੇ ਹੋਣ ਉਸमामਲੇ ਰਿਮਾਂਡ ਤੋਂ ਬਾਅਦ ਹਾਂ ਇਹ ਬਿਲਕੁਲ ਉਮੀਦ ਹੈ ਅਸੀਂ ਤਾਂ ਹਮੇਸ਼ਾ ਹੀ ਆਸਵੰਦ ਰਹਿੰਦੇ ਆ ਕਿ ਜਿਹੜਾ ਕੋਈ ਦੋਸ਼ੀ ਫੜਾਇਆ ਜਾ ਵੀ ਉਹ ਤੋਂ ਕੋਣ ਉਹਨੇ ਕਿਤੇ ਹੋਰ ਕੋਈ ਵਾਰਦਾਤ ਕੀਤੀ ਆ ਤੇ ਉਹਦੇ ਖੁਲਾਸੇ ਹੋਣ ਤੇ ਅਸੀਂ ਤਾਂ ਜੋ ਸਾਸutra ਸਮਾਜ ਬਣਿਆ ਰਹੀ ਤੇ ਜਿਹੜੀ ਇਹਦੀ ਬੰਦੀ ਹੈਗੀ ਜਿਹੜੀ ਕ੍ਰائم ਕਰਦੇ ਆ ਤੇ ਉਹਨਾਂ ਨੂੰ ਸਲੱਖਾਂ ਪਿੱਛੇ ਭੇਜੀਏ ਸਰ ਕਿੰਨੀਆਂ ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀਆਂ ਨੇ ਇਸ ਪੂਰੇ ਮਾਮਲੇ ਵਿੱਚ ਹੁਣ ਤੱਕ ਜੀ ਪੰਜ ਜਣੇ ਦੀ ਗ੍ਰਿਫਤਾਰੀ ਹੋ ਗਈ ਚਾਰ ਜਣੇ ਤੁਸੀਂ ਇਹ ਗਿਣ ਲਓ ਤੇ ਪੰਜਵਾਂ ਇੱਕ ਗੁਰਪਿੰਦਰ ਸਿੰਘ ਵੀ ਗ੍ਰਿਫਤਾਰ ਕੀਤਾ ਉਹਦੇ ਬਾਰੇ ਕੱਲ ਮੈਂ ਤੁਹਾਨੂੰ ਪ੍ਰੈਸ ਨੂੰ ਜਾਣਕਾਰੀ ਦਿੱਤੀ ਸੀਗੀ ਇੱਕ ਗੁਰਪਿੰਦਰ ਸਿੰਘ ਕੋਲੋਂ ਜੀ ਕੱਲ ਇੱਕ ਮੋਟਰਸਾਈਕਲ ਬੁਲਟ ਬਰਾਮਦ ਹੋਇਆ ਨਵੀਂ ਸ੍ਰੀ ਤੋਂ ਉਹਦੀ ਇੱਕ ਨਵੀਂ ਜਾਣਕਾਰੀ ਐਡਿਟ ਹੈਗੀ ਆ ਇਹ ਉਹ ਗੁਰਪਿੰਦਰ ਸਿੰਘ ਹੈ ਜਿਹੜਾ ਆਪਣੇ ਅਸਲਾ ਲੈ ਕੇ ਆਇਆ ਸੀਗਾ ਜਿੰਨੀ ਅਸਲਾ ਲੈ ਕੇ ਗਾਹਾਂ ਪ੍ਰੋਵਾਈਡ ਕੀਤਾ ਆ ਮੋਟਰਸਾਈਕਲ ਤੇ ਲੈ ਕੇ ਜਾ ਕੇ ਲੈ ਕੇ ਆਇਆ ਸੀ ਮੋਟਰਸਾਈਕਲ ਬਰਾਮਦ ਹੋ ਗਿਆ ਜੀ ਹੌਲੀ ਹੌਲੀ ਸਾਰੇ ਸਟੈਪ ਬਿ ਸਟੈਪ ਸਾਰੇ ਆਪਣੇ ਤਪਤੀਸ਼ ਦੇੜੇ ਪੁਆਇੰਟ ਹੈਗੇ ਕਲੀਅਰ ਹੁੰਦੇ ਜਾ ਰਹੇ ਜਾ ਰਹੇ ਜੀ ਟਾਈਮ ਲੱਗੂਗਾ ਪਰ ਹਰ ਇੱਕ ਚੀਜ਼ ਕਲੀਅਰ ਹੋ ਜੂਗੀ ਜੀ ਵਰੀ ਮਾਚ ਡੀਐਸਪੀ ਸਾਹਿਬ ਵਰਕਸ ਆਉਤ ਤੁਹਾਨੂੰ ਜਾਣਕਾਰੀ ਦੇ ਰਹੇ ਸੀ ਕਿ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਚਾਰ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੇ ਕੇ આરોਪ ਨੇ ਕਿ ਇਹਨਾਂ ਲੋਕਾਂ ਨੇ ਇਸ ਪੂਰੇ ਮਾਮਲੇ ਵਿੱਚ ਰੇਕੀ ਕੀਤੀ ਹੈ ਤੇ ਜਾਂ ਸਾਰੀ ਜਾਣਕਾਰੀ ਜੋ ਇਹਨਾਂ ਦੇ ਆਕਾ ਨੇ ਉਹਨਾਂ ਤੱਕ ਪਹੁੰਚਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਹੈ ਅਸਲਾ ਬਰਾਮਦ ਕੀਤਾ ਗਿਆ ਫਿਲਹਾਲ ਦੇਖਦੇ ਹਾਂ ਕਿ ਜਾਂਚ ਵਿੱਚ ਅਗਲਾ ਕੀ ਕੁਝ ਪੁਲਿਸ ਨਵਾਂ ਕੱਢ ਕੇ ਲੈ ਕੇ ਆਵੇਗੀ ਇਹ ਦੇਖਣ ਨੂੰ ਗੱਲ ਹੋਵੇਗੀ ਫਰੀਦਕੁਰ ਤੋਂ ਕੈਮਰਾ ਬਸਰਮਨਪੀ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8434949647 8434949648 ਬਾਬਾ ਸੁਲਤਾਨ ਬੰਗਾਲੀ ਇੱਕ ਹੀ ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਹੋ ਤੇ ਮਾਇੂਸ ਹੋਣ ਵਾਲੀ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਟ ਕੇ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਜਾਨਬੰਦ ਜਾਦੂ ਟੋਣਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਉਸੇ ਨੂੰ ਬਣਾਉਣਾ 9560392450 9560392451 ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੋਹਾਨੀ ਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ਿਕਰਣ ਕਰਵਾਓ ਮੰਚਾ ਪਿਆਰ ਪਾਓ ਲੰਬ ਮੈਰਿਜ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱ ਕਿ ਤੋਂ ਕਹਾਈ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 987680458058558838617